एक चीज का पता लगा तुहानू कि पांच दिन हो गए अज अमृतपाल सिंह दे उत्ते साथी ने भुख हड़ताल रखी हुई है कहिंदे बैरक दे विच कैमरे लाते सी उत्थे वी कहिंदे एमएसपी दी गल चलदी इदां दे इक लफ्ज़ होर आ एनएसए एक ते एमएसपी ते इक एनएसए नौजवान दे लोन नूं इह किवें वेखदे यूएपीए पंजाब दे नौजवानां ते एनएसए पंजाब दे बच्चे कनेडा आस्ट्रेलिया न्यूजीलैंड वर्गे देशां च हायर एजुकेशन लई जा रहे आ क्योंकि किसानां दी जिहड़ी खेती है किसानां दी धरती उकर जई हो चुकी है आर्थिक तौर ते किसान पछड़ चुके है एमएसपी कोई है नहीं किसानां दीयां फसलां मंडियां च लोदियां नहीं सो सब तो बेहतर ये केंद्र सरकार दी नीतियां पंजाब नूं तबाह करते दे रही हैं पंजाब की हरियाणा भी तबाह हो रही है सो सवेर दे समय जदों एक आवाज आउंदी है तेरे पासे पाठ चलण दी शाम दे समय पाठ चलण दी उदों संगत उठ खड़ी हुंदी हुंदी है जी उठने स्टार्ट हो जांदे जी तस्वीर वेख सकते हो बजुर्ग बाबे अचार वगैरह भी ना रखा हो जे कोई वध घट खाने वाला हो मिर्च मुर्च खानी हो अचार सवेरे परोठे नाल चलता जी हाँ जी सवेरे 5 बजे स्टार्ट कर देने जी हरेक चीज का एक मुल होंगे जिवे की ला लो कणक है कणक का एक एमएसपी है हरेक पता ही 25 रुपए किलो कणक विकती है ते ओ जदों कोई मार्केट विच लैण जाऊगा आम बंदा कोई भी विदाउट किसान होएगा जिहड़ा भाई नूं जरूरत है ਉਹ ਜੇ ਕਿਸਾਨ ਉਹ ਜੇ ਕੋਈ ਦੁਕਾਨਦਾਰ ਉਹਨੂੰ ਕਹੂਗਾ ਜੀ ਇਹ 50 ਰੁਪਏ ਕਿਲੋ ਹੈ ਹਰੇਕ ਨੂੰ ਪਤਾ ਹੈ 25 ਰੁਪਏ ਕਿਲੋ ਵਿਕੀ ਆ ਤੇ ਇਹਦਾ ਤੁਸੀਂ 30 ਰੁਪਏ ਰੇਟ ਲਾ ਲਓ 35 ਰੁਪਏ ਲਾ ਲਓ ਉਸ ਤੋਂ ਵੱਧ ਉਹਦਾ ਰੇਟ ਨਹੀਂ ਲੱਗ ਸਕਦਾ ਪਰ ਜਿਹੜਾ ਆਲੂ ਹੋ ਗਿਆ ਜਾਂ ਗੰਨਾ ਹੋ ਗਿਆ ਸੂਰਜਮੁਖੀ ਹੋ ਗਈ ਪਿਛਲੇ ਸਾਲ ਐਮਐਸਪੀ ਇਹਨਾਂ ਨੇ 7635 ਰੁਪਏ ਦੱਸਿਆ ਸੀਗਾ ਸਰਸੋਂ ਦੀ ਦਾ ਸਰੋਂ ਦੀ ਦਾ ਲੇਕਿਨ ਵਿਕੀ ਸੀ 3300 ਤੋਂ ਲੈ ਕੇ 3000 ਦੇ ਵਿੱਚ ਵਿੱਚ ਪ੍ਰਸ਼ਾਦੇ ਨਾਲ ਚਾਰ ਖਾਦੇ ਲੱਸੀ ਤਿੰਨ ਵਾਰੀ ਪੀਤੀ ਹੈ ਲੱਡੂ ਹੱਥ ਜਾ ਹਾਂਜੀ ਇੱਕ ਲੱਡੂ ਵੀ ਲੱਡੂ ਵੀ ਹੱਥ ਇੱਕ ਲੱਡੂ ਵੀ ਖਾਦਾ ਹੈ ਕਿਹਦੇ ਵਾਸਤੇ ਸ਼ੰਭੂ ਦੇ ਵਿੱਚ ਜੇ ਇੱਕ ਵੱਡਾ ਇਕੱਠ ਆ ਸੰਗਤਾਂ ਦਾ ਤੇ ਉਹਦੇ ਵਿੱਚ ਸੇਵਾ ਕਰਨ ਵਾਲਿਆਂ ਦੀ ਕੋਈ ਥੋੜ ਨਹੀਂ ਹੈਗੀ ਹਰ 5-10-15 ਟਰਾਲੀਆਂ ਬਾਅਦ ਤੁਹਾਨੂੰ ਲੰਗਰ ਪ੍ਰਸ਼ਾਦਾ ਮਿਲ ਜੂਗਾ ਤੁਹਾਨੂੰ ਚਾਹ ਪਾਣੀ ਦੇ ਲੰਗਰ ਮਿਲ ਜਾਣਗੇ ਬਿਸਕੁਟ ਮਿਲ ਜਾਣਗੇ ਚੌਲ ਮਿੱਠੇ ਲੂਣ ਵਾਲੇ ਚੌਲ ਹਰ ਇੱਕ ਚੀਜ਼ ਦਾ ਮਤਲਬ ਕਿ ਪੂਰਾ ਤਿਆਰ ਬਾਰ ਤਿਆਰ ਹੈ ਜਿਵੇਂ ਬਜ਼ੁਰਗਾਂ ਨਾਲ ਗੱਲ ਕੀਤੀ ਸੀ ਨਾ ਕਹਿੰਦੇ ਕਿ ਕੋਈ ਵੀ ਚੀਜ਼ ਦੀ ਕਮੀ ਨਹੀਂ ਹੈਗੀ ਇੱਥੇ ਜਿਹੜੀ ਚੀਜ਼ ਅਸੀਂ ਮੂੰਹ ਕੱਢੀਏ ਨਾ ਉਹੋ ਹੀ ਚੀਜ਼ ਇੱਥੇ ਮਿਲਦੀ ਆ ਅਤੇ ਇੱਕ ਬਜ਼ੁਰਗ ਇੱਥੋਂ ਕਹਿੰਦੇ ਆਉਂਦੇ ਕਿ ਜਿਹੜੀਆਂ ਚੀਜ਼ਾਂ ਕੀ ਯਾਰ ਵਿਆਹਾਂ 'ਚ ਸੋਚੀ ਦੀਆਂ ਕਿ ਆਹ ਚੀਜ਼ ਅੱਜ ਵਿਆਹ ਦੇ ਵਿੱਚ ਖਾਧੀ ਸੀ ਉਹ ਚੀਜ਼ਾਂ ਇੱਥੇ ਮਿਲਦੀਆਂ ਵਾ ਅਤੇ ਇਸ ਟਾਈਮ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਬਜ਼ੁਰਗ ਬਾਬੇ ਅਤੇ ਇਹਨਾਂ ਵੀਰਾਂ ਵੱਲੋਂ ਜਿਹੜਾ ਲੰਗਰ ਲਾਇਆ ਗਿਆ ਗੱਲਬਾਤ ਕਰਦੇ ਹੋਰ ਵੀਰ ਜੀ ਠੀਕ ਹੋ ਤੁਸੀਂ ਗਦਾਪੁਰ ਤੋਂ ਜੀ ਲੋਕਲ ਹੀ ਹੈ ਜੀ ਕੀ ਕੀ ਵਰਤਾ ਰਹੇ ਤੁਸੀਂ ਸਾਰਾ ਲੰਗਰ ਸਬਜ਼ੀ ਭਾਜੀ ਦੁੱਧ ਜੀ ਪਹਿਲੇ ਦਿਨ ਤੋਂ ਚੱਲ ਰਿਹਾ ਲੰਗਰ ਹਾਂਜੀ 13 ਤਰੀਕ ਤੋਂ ਜੀ ਬਣਦਾ ਵੀ ਇੱਥੇ ਹੀ ਆ ਹਾਂ ਬਾਹਰ ਤੋਂ ਵੀ ਆਉਂਦੀ ਹੈ ਸੇਵਾ ਇੱਥੇ ਹੀ ਬਣਦਾ ਜੀ ਪਿੰਡ 'ਚ ਬਣਦਾ ਜੀ ਹਾਂਜੀ ਠੀਕ ਹੋ ਤੁਸੀਂ ਅੱਛਾ ਅਚਾਰ ਵਗੈਰਾ ਵੀ ਨਾ ਰੱਖਿਆ ਹੋਇਆ ਜੇ ਕੋਈ ਵੱਧ ਘੱਟ ਖਾਣ ਵਾਲਾ ਹੋਵੇ ਮਿਰਚ ਮੁਰਚ ਖਾਣੀ ਹੋਵੇ ਅੱਛਾ ਅਚਾਰ ਸਵੇਰੇ ਪਰੋਠੇ ਨਾਲ ਚੱਲਦਾ ਜੀ ਹਾਂਜੀ ਸਵੇਰੇ 5 ਵਜੇ ਸਟਾਰਟ ਕਰ ਦਿੰਦੇ ਹਾਂ ਜੀ ਪਾਠ ਚੱਲਣ ਦੀ ਸ਼ਾਮ ਦੇ ਸਮੇਂ ਪਾਠ ਚੱਲਣ ਦੀ ਉਦੋਂ ਸੰਗਤ ਫਿਰ ਉੱਠ ਖੜੀ ਹੁੰਦੀ ਹੁੰਦੀ ਹੈ ਜੀ ਉੱਠਣੇ ਸਟਾਰਟ ਹੋ ਜਾਂਦੇ ਆ ਜੀ ਚਾਹ ਪਾਣੀ ਚਾਹ ਪਾਣੀ ਛੱਕ ਕੇ ਜੀ ਫਿਰ ਉੱਧਰ ਅਸੀਂ ਸਿਮਰਨ ਕਰਨ ਲੱਗ ਜਾਂਦੇ ਆ ਜਾ ਕੇ ਜੀ ਹਾਂਜੀ ਹਾਂਜੀ ਇਸ਼ਨਾਨ ਪਾਣੀ ਕਿੱਦਾਂ ਇੱਥੇ ਹੁੰਦਾ ਸਾਫ ਕੁਛ ਨੇੜੇ ਘਰਾਂ 'ਚ ਕਰਕੇ ਆਉਂਦੇ ਹਾਂ ਜੀ ਕੁਛ ਪਾਣੀ ਦੀ ਟੈਂਕੀਆਂ ਲੈ ਕੇ ਆਏ ਹੋਏ ਹਾਂ ਜੀ ਆਪਣੀਆਂ ਜੀ ਉੱਥੇ ਕਰਕੇ ਜੀ ਫਿਰ ਚਾਹ ਪਾਣੀ ਪੀ ਕੇ ਫਿਰ ਅੱਗੇ ਜੀ ਨਾਮ ਸਿਮਰਨ ਕਰਨ ਚੱਲਦੇ ਇੱਥੇ ਹੁਣ ਕਿਹੜੀ ਕਿਹੜੀ ਚੀਜ਼ ਰੱਖੀ ਹੋਈ ਹੈ ਤੁਸੀਂ ਇੱਥੇ ਸਰ ਪ੍ਰਸ਼ਾਦਾ ਹੈ ਜੀ ਦਾਲ ਹੈ ਜੀ ਸਬਜ਼ੀ ਇਹਦੇ ਆ ਅਚਾਰ ਹੈ ਜੀ ਅੱਗੇ ਚਾਹ ਹੈ ਜੀ ਪਾਣੀ ਦੀ ਬੋਟਲ ਹੈ ਜੀ ਹਾਂਜੀ ਹਾਂਜੀ ਬਿਲਕੁਲ ਇਹ ਹਰ ਇੱਕ ਤਰ੍ਹਾਂ ਦਾ ਵੀਰ ਕਹਿੰਦੇ ਕਿ ਲੰਗਰ ਪ੍ਰਸ਼ਾਦਾ ਜਦੋਂ ਸਵੇਰੇ ਅੰਮ੍ਰਿਤ ਵੇਲੇ ਹਾਂਜੀ ਆਓ ਜੀ ਆਓ ਮਾਸਟਰ ਜੀ ਕਿਹੜੇ ਮਾਸਟਰ ਜੀ ਮਾਸਟਰ ਜੀ ਕੀ ਹਾਲ ਚਾਲ ਜੀ ਠੀਕ ਹੋ ਚੜ੍ਹਦੀਆਂ ਗੱਲਾਂ ਜੀ ਜ਼ਿਲ੍ਹਾ ਫਤਿਹਗੜ੍ਹ ਸ਼ਹੀਦਾਂ ਦੀ ਧਰਤੀ ਸਾਹਿਬਜ਼ਾਦੇ ਕੀ ਸ਼ੁਭ ਨਾਮ ਜੀ ਸੁਰਿੰਦਰ ਸਿੰਘ ਤੋਂ ਜਨ ਸ਼ਕਤੀ ਪੰਜਾਬ ਐਫੀਲੇਟਡ ਸਕੂਲ ਐਸੋਸੀਏਸ਼ਨ
ਕਿਤੇ ਇਸ ਅੰਦੋਲਨ ਤੇ? ਸਰ ਇਸ ਅੰਦੋਲਨ ਤਾਂ ਮੈਂ ਦੇਖ ਰਿਹਾ ਵੀ ਇਹ ਅੰਦੋਲਨ ਤਾਂ ਸਾਡੇ ਪੰਜਾਬੀਆਂ ਨਾਲ ਤਾਂ ਸਮੇਂ ਲੰਬੇ ਸਮੇਂ ਤੋਂ ਧੱਕਾ ਆ ਰਿਹਾ ਹੈ। ਸਾਡੇ ਅੱਜ ਬੱਚੇ ਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ, ਪੰਜਾਬ ਦੇ ਬੱਚੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਦੇਸ਼ਾਂ 'ਚ ਹਾਇਰ ਐਜੂਕੇਸ਼ਨ ਲਈ ਜਾ ਰਹੇ ਹਨ, ਕਿਉਂਕਿ ਕਿਸਾਨਾਂ ਦੀ ਜਿਹੜੀ ਖੇਤੀ ਹੈ, ਕਿਸਾਨਾਂ ਦੀ ਧਰਤੀ ਉੱਕਰ ਜਿਹੀ ਹੋ ਚੁੱਕੀ ਹੈ। ਆਰਥਿਕ ਤੌਰ 'ਤੇ ਕਿਸਾਨ ਪਛੜ ਚੁੱਕੇ ਹੈ, MSP ਕੋਈ ਹੈ ਨਹੀਂ, ਕਿਸਾਨਾਂ ਦੀਆਂ ਫਸਲਾਂ ਮੰਡੀਆਂ 'ਚ ਰੁਲਦੀਆਂ ਨੇ। ਸੋ ਸਭ ਤੋਂ ਬਿਹਤਰ ਇਹ ਕੇਂਦਰ ਸਰਕਾਰ ਦੀਆਂ ਨੀਤੀਆਂ ਪੰਜਾਬ ਨੂੰ ਤਬਾਹ ਕਰਨ 'ਤੇ ਤੁਲੀਆਂ ਹੋਈਆਂ ਨੇ। ਪੰਜਾਬ ਕੀ ਹਰਿਆਣਾ ਵੀ ਤਬਾਹ ਹੋ ਰਿਹਾ। ਹਾਂਜੀ, ਹਰਿਆਣਾ ਤਾਂ ਇਸ ਟਾਈਮ ਵਿਰੋਧੀ ਹੋਇਆ ਖੜਾ ਤੁਹਾਡਾ? ਨਹੀਂ, ਵਿਰੋਧੀ ਤਾਂ ਦੇਖੋ BJP ਦੀ ਸਰਕਾਰ ਹੈ, ਪਰ ਵਿਰੋਧੀ ਹੈ ਜੀ, ਲੋਕ ਨਹੀਂ ਵਿਰੋਧੀ। ਲੋਕ ਤਾਂ ਸਾਡੇ ਨਾਲ ਪੂਰੇ ਸਮਰਥਨ 'ਤੇ ਖੜਾ, ਹਰਿਆਣਾ ਖੜਾ। ਹਾਂ, ਹਰਿਆਣਾ ਪੂਰਾ ਸਮਰਥਨ ਦੇ ਰਹੇ ਲੋਕ। ਕਹਿੰਦੇ ਕਿ ਸਰਕਾਰ ਵਿਰੋਧੀ ਆ, ਲੋਕ ਨਾਲ? ਹਾਂ, ਲੋਕ ਨਾਲ। ਦੇਸ਼ ਦੀ ਆਵਾਮ ਇਕੱਠੀ ਆ, ਇੱਦਾਂ ਲੱਗਦਾ? ਹਾਂ, ਉਹ ਤਾਂ ਮਹਿਸੂਸ ਹੀ ਨਹੀਂ ਕਰ ਰਹੇ ਵੀ, ਉਹ ਤਾਂ ਕਹਿੰਦੇ ਨੇ ਪੰਜਾਬੀ ਤਾਂ ਅਸੀਂ ਭਰਿਆ ਭਰਾਏ, ਹਰਿਆਣਾ ਪੰਜਾਬ ਤਾਂ ਇੱਕ। MSP ਦੀ ਗੱਲ ਚੱਲਦੀ, ਇੱਦਾਂ ਦੇ ਇੱਕ ਲਫ਼ਜ਼ ਹੋਰ ਆ NSA, ਇੱਕ ਤਾਂ MSP ਅਤੇ ਇੱਕ NSA ਨੌਜਵਾਨ ਦੇ ਲੋਨ ਨੂੰ, ਇਹ ਕਿਵੇਂ ਵੇਖਦੇ ਆ UAPA ਪੰਜਾਬ ਦੇ ਨੌਜਵਾਨਾਂ ਅਤੇ NSA? ਮੈਂ ਤਾਂ ਪਹਿਲਾਂ ਇਹ ਕਹਿਣਾ ਵੀ ਪੰਜਾਬ ਦਾ ਕਿਸਾਨ ਦੀ ਮਦਹਾਲੀ ਤਾਂ ਰਹਿਣੀ ਹੋ ਨਹੀਂ ਜੇ MSP ਗਰੰਟਡ ਹੋ ਜਾਵੇ, ਕਿਉਂਕਿ NSA ਦਾ ਇੱਕ ਤਰ੍ਹਾਂ ਸਰਕਾਰ ਨੇ ਧੱਕਾ ਛਾਈ ਹੈ। ਉਹ ਤਾਂ ਬਹੁਤ ਬੜੀ NSA ਦਾ ਬਹੁਤ ਬੜੀ ਧੱਕਾ ਸਹੀ ਆ, ਹਰੇਕ ਨੂੰ ਕਿਸੇ ਦਾ ਕੋਈ ਗੁਨਾਹ ਵੀ ਨਾ ਹੋਵੇ, ਚੱਕ ਕੇ ਅੰਦਰ ਕਰ ਦਿਓ NSA ਦੇ ਰਾਹੀਂ, ਜਿਹੜੇ ਮਨੁੱਖੀ ਅਧਿਕਾਰਾਂ 'ਤੇ ਇੱਕ ਹਮਲਾ ਹੈ। ਅੱਛਾ, ਇੱਕ ਚੀਜ਼ ਦਾ ਪਤਾ ਲੱਗਾ ਤੁਹਾਨੂੰ ਕਿ 5 ਦਿਨ ਹੋ ਗਏ ਅੱਜ ਅੰਮ੍ਰਿਤਪਾਲ ਸਿੰਘ ਦੇ ਉੱਤੇ ਸਾਥੀਆਂ ਨੇ ਭੁੱਖ ਹੜਤਾਲ ਰੱਖੀ ਹੋਈ ਆ, ਕਹਿੰਦੇ ਬੈਰਕ ਦੇ ਵਿੱਚ ਕੈਮਰੇ ਲਾਤੇ ਸੀ ਉੱਥੇ ਵੀ, ਕਹਿੰਦੇ ਕਿ ਬੈਰਕਾਂ ਦੇ ਵਿੱਚ ਕੈਮਰੇ ਲੱਗੇ ਹੋਣ ਅਤੇ ਉਹ ਤੋਂ ਬਾਅਦ ਵਿੱਚ ਪਤਾ ਲੱਗ ਜਾਂਦਾ ਕਹਿੰਦੇ, ਅਤੇ ਉਹ ਉਹਨਾਂ ਨੇ ਅੱਜ 5 ਦਿਨ ਭੁੱਖ ਹੜਤਾਲ ਰੱਖੀ। ਅੱਜ ਪਤਾ ਲੱਗਾ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਕੁਛ ਨੌਜਵਾਨਾਂ ਨੇ ਵੀ ਭੁੱਖ ਹੜਤਾਲ। ਇੱਕ ਇਹ ਗੱਲ ਕਹੂੰਗਾ ਜੀ, ਜਿਸ ਤਰ੍ਹਾਂ MSP 'ਤੇ ਲਹਿਰ ਚੱਲ ਰਹੀ ਹੈ, ਉਸੇ ਤਰ੍ਹਾਂ ਜਿਸ ਤਰ੍ਹਾਂ ਅੰਮ੍ਰਿਤਪਾਲ ਵਰਗੇ ਵਿਚਾਰੇ ਨੌਜਵਾਨ ਸੀ, ਅਜਿਹੀਆਂ ਲਹਿਰਾਂ ਉਦੋਂ ਵੀ ਉੱਠਣੀਆਂ ਚਾਹੀਦੀਆਂ ਨੇ, ਕਿਉਂਕਿ ਸਾਡੇ ਨੌਜਵਾਨਾਂ ਨੂੰ ਮਤਲਬ ਤਸੱਦਦ ਨਾ ਕਿਸੇ ਕਿਸਮ ਦਾ ਹੋਵੇ। ਦੇਖੋ, ਸਰਕਾਰ ਨਾ ਚਾਹ ਕੇ ਵੀ ਸਰਕਾਰਾਂ 'ਚ ਸਟੇਟ ਗੌਰਮੈਂਟ ਹੈ ਜੇ ਪੰਜਾਬ ਆਪਣੇ ਸੈਂਟਰ ਗੌਰਮੈਂਟ ਹੈ, ਇਸ ਮਸਲੇ 'ਤੇ ਮਸਲਾ ਹੱਲ ਹੋ ਸਕਦਾ ਸੀ, ਕੋਈ ਵੱਡੀ ਗੱਲ ਨਹੀਂ, ਅਤੇ ਕੋਈ ਗਲਤ ਤਾਂ ਚੀਜ਼ਾਂ ਸਾਹਮਣੇ ਆਈ ਬੈਠ ਕੇ ਵੀ ਹੋ ਸਕਦੇ ਸੀ। ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਦਾ ਰਿਹਾਈ ਹੋਣੀ ਚਾਹੀਦੀ ਹੈ ਜਦੋਂ ਬੰਦੀ ਵੀ ਆਵਾਜ਼ ਉੱਠਦੀ ਹੈ। ਇਸ ਵਾਰ ਨਾ ਕਿਸਾਨੀ ਅੰਦੋਲਨ 'ਚ ਬਹੁਤ ਵੱਡੀ ਆਵਾਜ਼ ਉੱਠ ਰਹੀ ਹੈ, ਆਵਾਜ਼ ਵੀ ਬੰਦੀ ਸਿੰਘ ਅੰਮ੍ਰਿਤਪਾਲ, ਭਾਈ ਅੰਮ੍ਰਿਤਪਾਲ ਵੀ ਰਿਹਾ ਹੋਵੇ, ਜਦੋਂ ਕਿ ਇਹ ਕਿਤੇ ਬਾਹਰ ਵੀ ਆਪਣੇ ਸਿੱਖਾਂ 'ਤੇ ਸਿੱਧਾ ਅਟੈਕ ਨਹੀਂ ਤਾਂ ਟੇਢਾ ਅਟੈਕ ਕਰਦੇ ਨੇ, ਕਨੇਡਾ 'ਚ ਮਾਰਤਾ ਅਤੇ ਅਮੈਰੀਕਾ 'ਚ ਬਹੁਤ ਦੰਗੇ ਸਾਡੀਆਂ ਸਰਕਾਰਾਂ 'ਤੇ ਚਪੇੜ ਨੇ। ਅੱਜ ਸਾਡੇ ਸਰਕਾਰ 84 ਦੇ ਕਤਲੇਆਮ ਦੇ ਦੋਸ਼ੀ ਸਰੇਆਮ, ਜਿਨ੍ਹਾਂ ਨੇ ਕੋਈ ਦੇਸ਼ ਦਾ ਕਾਨੂੰਨ ਨਹੀਂ, ਅਤੇ ਉਹਨਾਂ ਮਾਪਦੰਡ ਕਿਉਂ ਸਰਕਾਰਾਂ ਦਾ ਕੀ ਲੱਗਦਾ ਤੁਹਾਨੂੰ, ਜਿਨ੍ਹਾਂ ਨੇ 84 ਦਾ ਕਤਲੇਆਮ ਕਰਾਇਆ ਹੋਵੇ ਉਹਨਾਂ ਨੂੰ ਕੁਰਸੀਆਂ ਨਾਲ ਨਵਾਜਿਆ ਜਾ? ਉਸ ਅੱਜ ਵੀ ਸਾਡੇ ਦੇਸ਼ ਵਿੱਚ ਲੋਕਤੰਤਰੀ ਸਰਕਾਰ ਦੇ ਹੋਣ ਦੇ ਬਾਵਜੂਦ ਵੀ ਲਾਰਡ ਡਲਹੌਜ਼ੀ ਵਰਗੇ ਲੋਕਾਂ ਦੀਆਂ ਦੋਹਰੀ ਪੋਲਿਸੀ 'ਤੇ ਸਰਕਾਰਾਂ ਚੱਲ ਰਹੀਆਂ। ਮਾਸਟਰ ਜੀ, ਇਹ ਦੱਸ ਦਿਓ ਹੁਣ ਕਿ ਅਗਲੇ ਪਾਸੇ ਨੂੰ ਵਧਣ ਦਾ ਕਿਵੇਂ ਆ ਗਾਂ? ਹੁਣ ਕਹਿੰਦੇ ਕੱਲ੍ਹ ਨੂੰ 11 ਵਜੇ ਦਾ ਸਮਾਂ। ਦੇਖੋ, ਜਿਸ ਤਰ੍ਹਾਂ ਜੇ ਤਾਂ ਹੁਣ MSP 'ਤੇ ਇਹਨਾਂ ਨੇ ਕੋਈ ਸਰਕਾਰ ਦੀਆਂ, ਦੇਖੋ ਹੁਣ ਸੈਂਟਰ ਦੇ ਮਿਨਿਸਟਰਾਂ ਨਾਲ ਜਿਹੜੀ ਮੁਲਾਕਾਤ ਹੈ, ਜਾਂ ਜਿਸ ਤਰ੍ਹਾਂ ਹੁਣ ਕੱਲ੍ਹ ਕੈਪਟਨ ਸਾਹਿਬ ਨੇ ਕੱਲ੍ਹ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ, ਮੇਰੇ ਖਿਆਲ 'ਚ ਇਹ ਜੇ ਮੁਲਾਕਾਤਾਂ ਦਾ ਤਾਂ ਹੀ ਤੱਥ ਸਾਹਮਣੇ ਹੋਊਗਾ, ਇੱਥੇ ਆ ਕੇ ਕਿਸਾਨੀ ਅੰਦੋਲਨ 'ਚ ਸਾਡੇ ਨੇਤਾ ਸਾਹਮਣੇ ਆਉਣ। ਮੋਦੀ ਨਾਲ ਮੁਲਾਕਾਤਾਂ ਦਾ ਤਾਂ ਕੋਈ ਰਿਜ਼ਲਟ ਨਹੀਂ ਨਿਕਲਣਾ, ਪਹਿਲਾਂ ਵੀ ਹੋਣੀਆਂ, ਪਹਿਲਾਂ ਵੀ ਸਾਡੇ ਮੁੱਖ ਮੰਤਰੀ ਮਿਲ ਲਏ, ਸਰਕਾਰਾਂ ਦੇ ਟਾਈਮ 'ਤੇ ਮਿਲ ਲਏ, ਇਹ ਸਾਡੇ ਸਿਆਸੀ ਨੇਤਾਵਾਂ ਨੂੰ ਕਿਸਾਨਾਂ ਦੇ ਹੱਕ 'ਚ ਬੈਠ ਜਾਣਾ ਚਾਹੀਦਾ। ਸਿਆਸੀ ਨੇਤਾਵਾਂ ਨੂੰ ਮਾਸਟਰ ਜੀ ਨੇ ਕਿਹਾ ਕਿ ਇਹਨਾਂ ਕਿਸਾਨਾਂ ਦੇ ਹੱਕ 'ਚ ਬੈਠ ਜਾਣਾ ਚਾਹੀਦਾ ਵਾ। ਛੋਟੇ ਛੋਟੇ ਬੱਚਿਆਂ ਦੀ ਹੁਣੇ ਆਪਾਂ ਗੱਲਬਾਤ ਕੀਤੀ ਸੀ, ਮੈਂ ਉਸ ਬੱਚੀ ਦਾ ਜ਼ਿਕਰ ਕਰ ਰਿਹਾ, ਖੁਸ਼ੀ ਦਾ, ਇੱਕ ਖੁਸ਼ੀ ਕਿ ਜਿੱਡਾ ਇਹ ਨੌਜਵਾਨ ਛੋਟਾ ਜਿਹਾ ਬੱਚਾ ਵੀ ਸਾਡੇ ਕੋਲ ਗੱਲਬਾਤ ਕਰਦੇ ਆ। ਹੋਰ ਬੇਟੇ ਠੀਕ ਹੋ ਤੁਸੀਂ? ਹਾਂਜੀ ਜੀ। ਕੀ ਨਾਮ ਜੀ ਤੁਹਾਡਾ? ਏਕਨੂਰ ਸਿੰਘ। ਏਕਨੂਰ ਸਿੰਘ, ਏਕਨੂਰ ਸਿੰਘ ਪੜ੍ਹਦੇ ਹੋ ਤੁਸੀਂ? ਹਾਂਜੀ ਜੀ। ਕਿਹੜੀ ਕਲਾਸ 'ਚ? ਫਿਫਥ। ਕਿੰਨੀ ਉਮਰ ਹੈ ਤੁਹਾਡੀ? 9 ਸਾਲ। 9 ਸਾਲ। ਕੀ ਵੇਖਣ ਆਏ ਹੋ ਇੱਥੇ ਤੁਸੀਂ? ਅੰਦੋਲਨ। ਅੰਦੋਲਨ ਵੇਖ ਕੇ ਆਏ ਅੱਗੇ ਤੱਕ? ਹਾਂਜੀ ਜੀ। ਕੀ ਵੇਖ ਕੇ ਆਏ ਹੋ ਅੱਗੇ? ਕੀ ਹੋ ਰਿਹਾ ਉੱਥੇ? ਪ੍ਰਸ਼ਾਦਾ ਪਾਣੀ ਛਕਿਆ ਇੱਥੋਂ ਜਿਹੜਾ ਚੱਲ ਰਿਹਾ ਸਾਰਾ ਕੁਝ? ਹਾਂਜੀ ਜੀ। ਕੀ ਕੀ ਛਕਿਆ ਕੋਈ ਦੱਸੋਗੇ? ਪ੍ਰਸ਼ਾਦਾ, ਕਿਤੇ ਦਾਲ, ਕਿਹੜੀ ਖਾਧੀ ਕੋਈ ਚੀਜ਼? ਕਿ ਹੁਣ ਕੰਮ ਤੇ ਜਾਂਦੇ ਆ? ਪ੍ਰਸ਼ਾਦੇ ਨਾਲ ਅਚਾਰ ਖਾਧਾ, ਲੱਸੀ 3 ਵਾਰੀ ਪੀਤੀ ਹੈ। ਲੱਡੂ ਹੱਥ ਜਾ। ਹਾਂਜੀ ਜੀ, ਇੱਕ ਲੱਡੂ ਵੀ ਖਾਧਾ। ਲੱਡੂ ਵੀ ਹੱਥ ਜਾ। ਇੱਕ ਲੱਡੂ ਵੀ ਖਾਧਾ। ਕੀ ਬਾਤ, ਕਿਹਦੇ ਵਾਸਤੇ ਜੀ? ਸਾਨੂੰ ਉਮੀਦ ਆ ਕਿ ਜੇ ਸਰਕਾਰਾਂ ਨਾ ਮੰਨੀਆਂ, ਵੈਸੇ ਤਾਂ ਨਾ ਹੀ ਹੈ, ਕਿਉਂਕਿ ਇੱਕ MSP ਦਾ ਮਤਲਬ ਹੈ ਕਿ ਮਿਨੀਮਮ ਪ੍ਰਾਈਜ਼ ਰਿਟੇਲ, ਜਿਹਦਾ ਕਿ ਮੈਂ ਡਿਟੇਲ 'ਚ ਥੋੜ੍ਹਾ ਜਿਹਾ ਵਿਸਤਾਰ ਦੇ ਨਾਲ ਦੱਸੂੰਗਾ।
ਵੀ ਹਰੇਕ ਚੀਜ਼ ਦਾ ਇੱਕ ਮੁੱਲ ਹੁੰਦਾ ਜਿਵੇਂ ਕਿ ਲਾ ਲਓ ਕਣਕ ਹੈ ਕਣਕ ਦਾ ਇੱਕ MSP ਹੈਗਾ ਉਹ ਹਰੇਕ ਨੂੰ ਪਤਾ ਵੀ 25 ਰੁਪਏ ਕਿਲੋ ਕਣਕ ਵਿਕਦੀ ਹੈ ਅਤੇ ਉਹ ਜਦੋਂ ਕੋਈ ਮਾਰਕੀਟ ਦੇ ਵਿੱਚ ਲੈਣ ਜਾਊਗਾ ਆਮ ਬੰਦਾ ਕੋਈ ਵੀ ਵਿਦਆਊਟ ਕਿਸਾਨ ਹੋਏਗਾ ਜਿਹੜਾ ਭਾਈ ਨੂੰ ਜ਼ਰੂਰਤ ਹੈ ਉਹ ਜੇ ਕਿਸਾਨ ਉਹ ਜੇ ਕੋਈ ਦੁਕਾਨਦਾਰ ਉਹਨੂੰ ਕਹੂਗਾ ਜੀ ਇਹ 50 ਰੁਪਏ ਕਿਲੋ ਹੈ ਹਰੇਕ ਨੂੰ ਪਤਾ 25 ਰੁਪਏ ਕਿਲੋ ਵਿਕੀ ਹੈ ਅਤੇ ਇਹਦਾ ਤੁਸੀਂ 30 ਰੁਪਏ ਰੇਟ ਲਾ ਲਓ 35 ਰੁਪਏ ਲਾ ਲਓ ਉਸ ਤੋਂ ਵੱਧ ਉਹਦਾ ਰੇਟ ਨਹੀਂ ਲੱਗ ਸਕਦਾ ਪਰ ਜਿਹੜਾ ਆਲੂ ਹੋ ਗਿਆ ਜਾਂ ਗੰਨਾ ਹੋ ਗਿਆ ਸੂਰਜਮੁਖੀ ਹੋ ਗਈ ਪਿਛਲੇ ਸਾਲ MSP ਇਹਨਾਂ ਨੇ 3635 ਰੁਪਏ ਦੱਸਿਆ ਸੀਗਾ ਸਰਸੋਂ ਦੀ ਦਾ ਸਰੋਂ ਦੀ ਦਾ ਲੇਕਿਨ ਵਿਕੀ ਸੀ ਉਹ 3300 ਤੋਂ ਲੈ ਕੇ 3000 ਦੇ ਵਿੱਚ ਵਿੱਚ ਘਾਟਾ ਪਿਆ ਸੀਗਾ ਲੇਕਿਨ ਬਾਅਦ ਦੇ ਵਿੱਚ ਉਹ ਗਈ ਸੀਗੀ ਅਡਾਨੀ ਅਤੇ ਬਾਬਾ ਰਾਮਦੇਵ ਨੇ ਦੋ ਪਰਸਨ ਨੇ ਪੂਰੇ ਪੰਜਾਬ ਦੀ ਸਰੋਂ ਖਰੀਦੀ ਸੀਗੀ ਪੰਜਾਬ ਦੀ ਮੈਂ ਤਾਂ ਪੂਰੇ 3 ਰਾਜਿਆਂ ਦੀ ਕਹਾਂਗਾ ਉਸ ਤੋਂ ਮੁੜ ਕੇ ਤੁਸੀਂ ਹਿਸਾਬ ਲਾ ਲਓ ਵੀ ਉਹ ਸਰੋਂ ਦਾ ਤੇਲ ਕੀ ਰੇਟ ਗਿਆ ਸੀਗਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਾਇਆ ਕਿਸਾਨ ਤੋਂ ਜਿੱਤਿਆ ਚੁੱਕਿਆ 30 ਰੁਪਏ ਵੇਚਿਆ ਉਹਨਾਂ ਨੇ 180-200 ਰੁਪਏ 220 ਰੁਪਏ ਦਾ ਲੀਟਰ ਪੈਕ ਹੋ ਗਿਆ ਨਾ ਉਹ ਬਾਬੇ ਦਾ ਬਣ ਗਿਆ ਨਾ ਉਹ ਬਾਬੇ ਦਾ ਬਣ ਗਿਆ ਨਾ ਬਾਬੇ ਦਾ ਲੇਕਿਨ ਮੈਂ ਇੱਕ ਹੋਰ ਸਵਾਲ ਕਰਾਂਗਾ ਮੋਦੀ ਸਰਕਾਰ ਨੂੰ ਆ 2000 ਜਦੋਂ ਮਨਮੋਹਨ ਸਾਹਿਬ ਦੀ ਸਰਕਾਰ ਸੀਗੀ ਅਸੀਂ ਮੈਂ ਕਿਸੇ ਸਰਕਾਰ 'ਚ ਨਹੀਂ ਜਾਊਂਗਾ ਲੇਕਿਨ ਮੈਂ ਇੱਕ ਡਿਟੇਲ 'ਚ ਦੇਣਾ ਚਾਹਾਂਗਾ ਵੀ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਬਾਬਾ ਰਾਮਦੇਵ ਦਾ ਕੋਈ ਨਾਮ ਵੀ ਨਹੀਂ ਸੀ ਹੈਗਾ ਕੋਈ ਇੱਕ ਵੀ ਪ੍ਰੋਡਕਟ ਨਹੀਂ ਸੀ ਹੈਗਾ ਅਤੇ ਲੇਕਿਨ ਮੋਦੀ ਸਰਕਾਰ ਦੇ ਆਉਂਦੇ ਹੀ ਅਡਾਨੀ ਅਬਾਨੀ ਬਾਬਾ ਰਾਮਦੇਵ ਅੱਜ ਦੇਖੋ ਕਿੰਨੀਆਂ ਕਰੋੜਾਂ ਦੀ ਗੱਡੀ 'ਚ ਘੁੰਮ ਰਿਹਾ ਉਹ ਪੈਸਾ ਕਿੱਥੋਂ ਆਇਆ ਅੱਜ ਤਾਂ ਜਿਹੜੀ ਸ਼ੋਭ 'ਚ ਵੜ ਜਾਓ ਨਾ ਅਤੇ ਉੱਥੇ ਵੀ ਤੁਹਾਨੂੰ ਉਹ ਫੋਟੋ ਜ਼ਰੂਰ ਦੇਖ ਪਊਗੀ ਰਾਮਦੇਵ ਦੀ ਹੈ ਨਾ ਹਰ ਇੱਕ ਜਗ੍ਹਾ ਤੋਂ ਸਾਡੇ ਲੋਕ ਵੀ ਖਰੀਦਦੇ ਆ ਜੀ ਵੈਸੇ ਤੁਸੀਂ ਕੀ ਸੋਚਦੇ ਹੋ ਕਿ ਸਾਰਾ ਕੁਛ ਰਾਮਦੇਵ ਆਪ ਉਗਾ ਲੈਂਦੇ ਆ ਬਾਬਾ ਕਿ ਇੱਦਾਂ ਬਾਹਰੋਂ ਲੈ ਕੇ ਸਾਰਨ ਲੋਕਾਂ ਨੂੰ ਕੁਛ ਨਹੀਂ ਪਤਾ ਹੈਗਾ ਇਹਦੀਆਂ ਰਾਜਸਥਾਨ 2-4 ਕੰਪਨੀਆਂ ਦੇ ਵਿੱਚ ਰੇਡ ਪਈ ਸੀਗੀ ਉਹਦੇ ਵਿੱਚੋਂ 75-100% ਹੀ ਉਹ ਡੁਪਲੀਕੇਟ ਸੀਗਾ ਡੁਪਲੀਕੇਟ ਚੀਜ਼ਾਂ ਹੋਈਆਂ ਸੀ ਇੱਕ ਤਾਂ ਸਰੋਂ ਦਾ ਤੇਲ ਦਾ ਹੋਇਆ ਸੀਗਾ ਮਿਲਾਵਟ ਸੂਰਜਮੁਖੀ ਤੇਲ ਦੀ ਹੋਈ ਸੀਗੀ ਕੁਛ ਕੁ ਪ੍ਰੋਡਕਟਾਂ ਦੀ ਇਹਦੀ ਮਿਲਾਵਟਖੋਰੀ ਦਾ ਪਤਾ ਲੱਗਾ ਸੀਗਾ ਇਹਦੇ ਵਿੱਚ ਐਡ ਹੁੰਦੀ ਆ ਕਿ ਹਰ ਇੱਕ ਚੀਜ਼ ਮੋਹਰ ਲਾ ਕੇ ਦਿੱਤੀ ਜਾਂਦੀ ਲੈਣਾ ਫਿਰ ਲੇਕਿਨ ਉਹਦੇ ਉੱਤੇ ਮੋਦੀ ਦਾ ਬ੍ਰਾਂਡ ਲੱਗਾ ਹੋਇਆ ਨਾ ਉਹਦੇ ਪਿੱਛੇ ਹੱਥ ਹੈ ਉਹਦੇ ਹੱਥ ਹੋਣ ਕਰਕੇ ਉਹਦੀ ਲੀਗਲ ਚੀਜ਼ ਵੀ ਲੀਗਲ ਹੈ ਅਨਲੀਗਲ ਚੀਜ਼ ਵੀ ਲੀਗਲ ਹੈ ਉਹੀ ਚੀਜ਼ ਅਸੀਂ ਕਹਿ ਰਹੇ ਹਾਂ ਜੇ ਸਾਨੂੰ ਤਾਂ ਇਹ ਜਿਵੇਂ ਕਈ ਹੁਣ ਮੈਂ ਚੈਨਲਾਂ ਦੇ ਵਿੱਚ ਦੇਖਦਾ ਕਈ ਪ੍ਰਚਾਰ ਕਰਦੇ ਨੇ ਜੀ ਇਹ ਕਿਸਾਨ ਨਹੀਂ ਹੈ ਇਹ ਤਾਂ ਜੀ ਵਿਹਲੜ ਹੈ ਜੀ ਇਹ ਫਲਾਣਾ ਨਹੀਂ ਜੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਸਾਡੇ ਨਾਲੋਂ ਪਹਿਲਾਂ ਉਹ ਮਰਨਗੇ ਅਸੀਂ ਤਾਂ 5-4 ਸਾਲ ਕੱਢ ਜਾਵਾਂਗੇ ਜਦੋਂ ਦਿੱਲੀ ਅੰਦੋਲਨ ਹੋਇਆ 2020 ਦੇ ਵਿੱਚ ਅਸੀਂ ਇੱਕ ਮੋਲ 'ਚ ਚਲੇ ਗਏ ਸੀਗੇ 7 ਮਹੀਨੇ ਉੱਥੇ ਮੈਂ ਲਾ ਕੇ ਆਇਆ ਸੀਗਾ ਮੈਂ BKU ਦੇ ਨਾਲ ਜੁੜਿਆ ਹੋਇਆ ਲੇਕਿਨ ਇੱਥੇ ਮੈਂ ਸਾਡੀ ਜਥੇਬੰਦੀ ਨਹੀਂ ਆਈ ਲੇਕਿਨ ਮੈਂ ਇੱਕ ਆਪਣੇ ਕਿਸਾਨ ਇੱਕ ਆਪਣੇ ਤੌਰ ਦੇ ਉੱਤੇ ਮੈਂ ਇੱਥੇ ਆਇਆ ਮੈਂ 3 ਦਿਨ ਹੋ ਗਿਆ ਮੈਂ ਅੱਜ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਇੱਕ ਉੱਥੇ ਮੋਲ 'ਚ ਚਲੇ ਗਏ ਸੀਗੇ ਮੋਲ ਦੇ ਵਿੱਚ ਅਸੀਂ ਹਜੇ ਕਾਨੂੰਨ ਲਾਗੂ ਨਹੀਂ ਸੀ ਹੋਇਆ ਨਾ ਹੀ ਰੱਦ ਹੋਇਆ ਸੀ ਨਾ ਹੀ ਲਾਗੂ ਹੋਇਆ ਸੀ ਲੇਕਿਨ ਉੱਥੇ ਇੱਕ ਅਸੀਂ ਪੈਕ ਚੁੱਕਿਆ ਸੀ 5 ਕਿਲੋ ਦੀ ਪਤਾ ਨਹੀਂ 10 ਕਿਲੋ ਦੀ ਥੈਲੀ ਸੀ ਜਿਹਦਾ ਕਿ ਰੇਟ ਉਹ ਕਿਲੋ ਦੇ ਹਿਸਾਬ ਨਾਲ 110 ਰੁਪਏ ਦਾ ਆਟਾ ਸੀਗਾ ਮੈਂ ਉੱਥੇ ਵੀਡੀਓ ਵੀ ਪਾਈ ਸੀਗੀ ਮੈਂ ਕਿਹਾ ਸੀਗਾ ਹਜੇ ਕਾਨੂੰਨ ਲਾਗੂ ਨਹੀਂ ਹੋਇਆ ਨਾ ਹੀ ਲਾਗੂ ਹੋਇਆ ਨਾ ਹੀ ਹਜੇ ਰੱਦ ਹੋਇਆ ਲੇਕਿਨ ਇਹਨਾਂ ਦਾ ਰੇਟ ਦੇਖ ਲਓ ਕੀ ਹੋ ਗਿਆ ਤੁਹਾਡੇ ਕੋਲ ਲੈਣਾ ਹੁੰਦਾ ਉਦੋਂ 25-30 ਰੁਪਏ ਉਦੋਂ ਤਾਂ 25 ਰੁਪਏ ਵੀ ਨਹੀਂ ਚੁੱਕਦੇ ਜੀ ਇਹ 4 ਦਿਨ ਇੱਕ ਹਫ਼ਤਾ ਸਾਨੂੰ ਰਲਾ ਕੇ ਜੀ ਇਹਦੀ ਜੀ ਜਿਹੜੀ ਇਹ ਹੈ ਨਵੀਂ ਹੈ ਜੀ ਇਹਦੀ 18 ਹੋਣੀ ਚਾਹੀਦੀ ਇਹਦੀ 16 ਹੋਣੀ ਚਾਹੀਦੀ ਹੈ ਅਸੀਂ ਫਿਰ ਵੀ ਪਰਮਾਤਮਾ ਦੀ ਕਿਰਪਾ ਅਸੀਂ ਸੋਚਦੇ ਹਾਂ ਚਲ ਕੋਈ ਨਹੀਂ ਇੱਕ ਆਪਾਂ ਜਦੋਂ ਕਮੀਜ਼ ਲੈਣ ਚਲੀ ਜਾਈਏ ਆਪਾਂ ਕੋਈ ਵੀ ਆ ਮੈਂ ਜੈਕਟ ਪਾਈ ਹੈ ਜਾਂ ਵੀਰ ਜੀ ਨੇ ਕਮੀਜ਼ ਪਾਇਆ ਇੱਕ ਦੁਕਾਨਦਾਰ 'ਤੇ ਚਲੇ ਜਾਈਏ ਉਹ ਬੰਦਾ ਕਹੂਗਾ ਵੀ ਮੇਰਾ ਬ੍ਰਾਂਡ ਦਾ ਉਹ ਲੱਗਿਆ ਹੋਇਆ ਟੈਗ ਲੱਗਿਆ ਹੋਇਆ ਵੀ ਮੈਂ 500 ਰੁਪਏ ਦੇ ਘੱਟ ਨਹੀਂ ਵੇਚਣੀ 500 ਰੁਪਏ ਦੇ ਘੱਟ ਮੈਂ ਨਹੀਂ ਵੇਚਣੀ ਅਸੀਂ ਉੱਥੇ ਨਾ ਕੋਈ ਜੱਟ ਨਾ ਕੋਈ ਬਾਣਿਆ ਕੋਈ ਵੀ ਬੰਦਾ ਉੱਥੇ ਬਾਰਗੇਨ ਨਹੀਂ ਕਰੇਗਾ ਲੇਕਿਨ ਜਦੋਂ ਕਿਸਾਨ ਦੀ ਵਾਰੀ ਹੁੰਦੀ ਜਦੋਂ ਕੋਈ ਚੀਜ਼ ਵੇਚਣ ਜਾਂਦਾ ਉਦੋਂ ਕਿਸਾਨ ਦੀ ਬੋਲੀ ਕੋਈ ਹੋਰ ਦਿੰਦਾ ਜਾਂ ਤਾਂ ਸਾਰੇ ਪ੍ਰਾਈਵੇਟਾਈਜੇਸ਼ਨ ਕਰ ਦਿਓ ਜਿਹੜੇ ਜੋਬ ਕਰਦੇ ਨੇ ਉਹਨਾਂ ਨੂੰ ਫਿਰ ਬਾਹਰੋਂ ਤਨਖਾਹ ਦਿਓ ਪ੍ਰਾਈਵੇਟਾਈਜੇਸ਼ਨ ਕਰ ਦਿਓ ਜੋ ਉਹਨਾਂ ਦਾ ਮਿਲੇਗਾ ਉਹ ਦੇ ਦਾਂਗੇ ਜਿਵੇਂ ਸਾਨੂੰ ਮਿਲਦਾ ਮੁੱਲ ਉਵੇਂ ਉਹਨਾਂ ਦਾ ਮਿਲੂਗਾ ਜਿਵੇਂ ਉਹਨਾਂ ਨੂੰ ਤਨਖਾਹ ਫਿਕਸ ਕੀਤੀ ਹੋਈ ਸਾਡਾ ਵੀ MSP ਫਿਕਸ ਕਰ ਦਿਓ ਰੌਲਾ ਤੇ ਨਾਲੇ ਅਸੀਂ ਮੰਗਾਂ ਮਨਾਉਣ ਨਹੀਂ ਜਾ ਰਹੇ ਇਹ ਮੰਗਾਂ ਤਾਂ ਉਹਨਾਂ ਨੇ ਸਾਨੂੰ ਲਿਖਤੀ 2020 'ਚ ਦਿੱਤੀਆਂ ਹਨ ਅਸੀਂ ਸਿਰਫ ਉਹਨਾਂ ਨੂੰ ਪਹਿਲਾਂ ਯਾਦ ਕਰਾਇਆ ਸੀ 2 ਸਾਲ ਪਹਿਲਾਂ ਉਹ ਜਾ ਕੇ ਇਹਨਾਂ ਨੂੰ ਇਹ ਸੀ ਵੀ ਇਹ ਅਸੀਂ ਕੋਈ ਮੰਗਾਂ ਜਾਂ ਧਰਨਾ ਲਾਉਣ ਨਹੀਂ ਜਾ ਰਹੇ ਅਸੀਂ ਸਿਰਫ ਇਹ ਕਹਿ ਰਹੇ ਹਾਂ ਜਿਹੜੀਆਂ ਤੁਸੀਂ ਵਾਅਦੇ ਕੀਤੇ ਸਨ ਉਹ ਸਾਡੇ ਪੂਰੇ ਕਰ ਦਿਓ ਜੇ ਨਹੀਂ ਕੀਤੇ ਤੁਸੀਂ ਹੱਥ ਖੜਾ ਕਰਕੇ ਕਹਿ ਦਿਓ ਵੀ ਅਸੀਂ ਨਹੀਂ ਲਿਖਤੀ 'ਚ ਦਿੱਤਾ ਫਿਰ ਤੁਸੀਂ ਸਾਨੂੰ ਲਿਖਤੀ 'ਚ ਕਿਉਂ ਦਿੱਤਾ
ਮੈਨੂੰ ਦੱਸ ਦਿਓ ਪਰਿਵਾਰ 'ਚ ਕੌਣ ਕੌਣ ਆਇਆ ਅੱਜ ਤੁਹਾਡਾ ਪਰਿਵਾਰ 'ਚ ਮੇਰਾ ਮੇਰੀ ਬੇਟੀ ਮੇਰਾ ਬੇਟਾ ਹੈ ਮੇਰੀ ਵਾਈਫ ਹੈ ਅਤੇ ਬੇਟੇ ਅਤੇ ਬੇਟੇ ਆਲਰੇਡੀ ਇੱਥੇ ਲੰਗਰ ਲੱਗੇ ਹੋਏ ਆ ਉੱਥੇ ਹੈ ਬੇਟੇ ਅਤੇ ਬੇਟੀ ਨੂੰ ਲਿਆਉਣ ਦਾ ਮਕਸਦ ਆ ਜਾਓ ਇੱਕ ਨੂਰ ਥੋੜ੍ਹਾ ਅੱਗੇ ਆ ਜਾਓ ਬੇਟੇ ਅਤੇ ਬੇਟੀ ਨੂੰ ਮਕਸਦ ਇਹ ਹੈ ਕਿ ਮੇਰੇ ਹਿਸਾਬ ਨਾਲ ਇਹਨਾਂ ਦੀ ਜ਼ਿੰਦਗੀ ਦਾ ਪਹਿਲਾ ਅੰਦੋਲਨ ਹੈ ਇਹ ਵੀ ਸੋਝ ਬੂਝ ਵਾਲਾ ਇਹ ਸਾਨੂੰ ਕੱਲ੍ਹ ਨੂੰ ਯਾਦ ਰੱਖਣਗੇ ਵੀ ਜੋ ਜਿਹੜੇ ਬਾਹਰ ਚਲੇ ਜਾਂਦੇ ਨੇ ਫੋਰਨ ਚਲੇ ਜਾਂਦੇ ਨੇ ਲੇਕਿਨ ਇਹਨਾਂ ਯਾਦ ਰਹੂਗਾ ਸਾਡੇ ਬਜ਼ੁਰਗਾਂ ਨੇ ਸਾਡੇ ਆ ਬਜ਼ੁਰਗ ਨੇ ਜਾਂ ਉਹ ਬਜ਼ੁਰਗ ਨੇ ਇਹ ਜ਼ਮੀਨ ਦੇ ਖਾਤਰ ਇਹ ਲੋਕਾਂ ਦੇ ਖਾਤਰ ਕਿਵੇਂ ਸੰਘਰਸ਼ ਲੜਿਆ ਇਹਨਾਂ ਦੇ ਦਿਮਾਗ 'ਚ ਰਹੇਗਾ ਬੇਟਾ ਤੁਹਾਡਾ ਨਾਮ ਕੀ ਆ ਅਨਮੋਲਪ੍ਰੀਤ ਕੌਰ ਕਿੰਨੀ ਉਮਰ ਹੈ ਤੁਹਾਡੀ 13 ਈਅਰਸ ਕੀ ਵੇਖ ਕੇ ਆਏ ਹੋ ਤੁਸੀਂ ਅਸੀਂ ਵੀ ਕਿੱਦਾਂ ਉਹਨਾਂ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਕਿੱਦਾਂ ਹਾਂਜੀ ਵਾਹਗਾ ਬਾਰਡਰ ਸੁਣਿਆ ਤੁਸੀਂ ਵਾਹਗਾ ਬਾਰਡਰ ਨਾਮ ਸੁਣਿਆ ਨਾ ਵਾਹਗਾ ਬਾਰਡਰ ਨਾਮ ਸੁਣਿਆ ਸੀ ਹੁਣ ਕਿਹੜਾ ਬਾਰਡਰ ਸੁਣਿਆ ਜਾ ਰਿਹਾ ਅੱਜ ਕੱਲ੍ਹ ਕਿਹੜੇ ਬਾਰਡਰ ਦੀ ਗੱਲ ਬਾਰਡਰ ਸ਼ੰਭੂ ਬਾਰਡਰ ਕਿਉਂ ਪੁੱਤਰਾ ਵਾਹਗਾ ਬਾਰਡਰ ਦਾ ਨਾਮ ਸੁਣਿਆ ਹਾਂਜੀ ਜੀ ਅੱਜ ਕੱਲ੍ਹ ਕਿਹੜੇ ਬਾਰਡਰ ਦੀ ਗੱਲ ਹੁੰਦੀ ਵੈਸੇ ਸ਼ੰਭੂ ਅਤੇ ਘਨੌਰੀ ਬਾਰਡਰ ਸ਼ੰਭੂ ਅਤੇ ਘਨੌਰੀ ਬਾਰਡਰ ਕਿਉਂਕਿ ਮੈਂ ਨਾ ਆਮ ਵੀ ਸੋਚ ਰਿਹਾ ਸੀ ਕੱਲ੍ਹ ਕਿਉਂਕਿ ਅਸੀਂ ਅੰਮ੍ਰਿਤਸਰ ਤੋਂ ਸੀ ਜਦੋਂ ਤੁਰਦੇ ਹਾਂ ਨਾ ਉੱਥੇ ਅਤੇ ਉੱਥੋਂ ਆਮ ਲੋਕ ਜਿਹੜੇ ਆਉਂਦੇ ਲੋਕ ਉੱਥੇ ਉਹ ਕਹਿੰਦੇ ਕਿ ਅਸੀਂ ਵਾਹਗਾ ਦੇਖ ਕੇ ਆਉਣਾ ਹੈ ਨਾ ਸ਼ਾਮਾਂ ਨੂੰ ਰਸਮ ਹੁੰਦੀ ਹੈ ਚਲੋ ਜੋ ਵੀ ਆ ਕੀਤਾ ਜਾਂਦਾ ਉਹ ਵੇਖਿਆ ਜਾਂਦਾ ਹਾਂ ਅਤੇ ਹੁਣ ਜੋ ਇੱਥੇ ਹੁੰਦੀ ਹੈ ਨਾ ਹੁਣ ਚਰਚਾ ਦੇ ਵਿੱਚ ਸ਼ੰਭੂ ਅਤੇ ਘਨੌਰੀ ਬਾਰਡਰ ਆ ਅਤੇ ਬੇਟਾ ਕੀ ਵੇਖ ਕੇ ਆਏ ਹੋ ਫਿਰ ਲੋਕਾਂ ਨਾਲ ਗੱਲਾਂ ਪਤਾ ਕੀਤੀਆਂ ਹਾਂਜੀ ਮਤਲਬ ਵੀ ਇਹੀ ਕਿ ਉਹ ਕਿੱਦਾਂ ਸਾਨੂੰ ਕਰ ਰਹੇ ਹਾਂ ਮਤਲਬ ਵੀ ਅਸੀਂ ਆਪਣੀ ਕਰਨਾ ਚਾਹੁੰਦੇ ਆਪਣੀਆਂ ਮੰਗਾਂ ਮਨਾਉਣ ਜਾ ਰਹੇ ਹਾਂ ਅਤੇ ਸਾਨੂੰ ਜਾਣ ਨਹੀਂ ਦੇ ਆਪਣਾ ਹੀ ਦੇਸ਼ ਆ ਕੋਈ ਬਗਾਨਾ ਵੀ ਨਹੀਂ ਹੈ ਹਾਂਜੀ ਇਹ ਹੁਣ ਪਾਕਿਸਤਾਨ 'ਚ ਨਹੀਂ ਵੜਨਾ ਕਿਤੇ ਚੀਨ 'ਚ ਨਹੀਂ ਜਾਣਾ ਹੈ ਨਾ ਆਪਣੀ ਰਾਜਧਾਨੀ ਜਾਣਾ ਵਾ ਉਹ ਦੇਸ਼ ਦੀ ਰਾਜਧਾਨੀ ਆ ਹੈ ਨਾ ਪੰਜਾਬ ਇੱਕ ਰਾਜ ਆ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਹੈ ਨਾ ਅਤੇ ਭਾਰਤ ਦੀ ਰਾਜਧਾਨੀ ਦੇ ਵਿੱਚ ਪੰਜਾਬ ਨੂੰ ਵੜਨ ਦਿੱਤਾ ਹਾਂਜੀ ਇਹੀ ਹੈ ਹੋਰ ਭੈਣੇ ਠੀਕ ਹੋ ਤੁਸੀਂ ਹਾਂਜੀ ਦੇਖ ਆਇਆ ਕਿਉਂ ਜੀ ਹਾਂਜੀ ਸਰ ਬਾਰਡਰ ਦੇ ਲਾਗੇ ਵੀ ਗਏ ਸੀ ਹਾਂਜੀ ਦੇਖ ਕੇ ਆਏ ਹਾਂ ਹਾਂਜੀ ਸਰ ਕੀ ਮਹਿਸੂਸ ਕੀਤਾ ਉੱਥੇ ਪਹੁੰਚ ਕੇ ਕੀ ਮਹਿਸੂਸ ਕੀਤਾ ਬਹੁਤ ਬੁਰਾ ਫੀਲ ਹੋਇਆ ਸਰ ਕਿ ਆਪਣੀ ਰਾਜਧਾਨੀ ਜਾਣ ਵਾਸਤੇ ਵੀ ਇੰਨਾ ਸਖਤੀ ਨਾਲ ਰੋਕਿਆ ਜਾ ਰਿਹਾ ਹੈ ਸਹੀ ਨਹੀਂ ਕਰ ਰਹੀ ਹੈ ਮੋਦੀ ਸਰਕਾਰ ਇਹ ਕਿਸਾਨਾਂ ਨਾਲ ਬਹੁਤ ਗਲਤ ਹੋ ਰਿਹਾ ਇੱਕ ਨੂੰ ਵੇਖ ਕੇ ਆਇਓ ਅਗਲੇ ਪਾਸੇ ਤਾਰਾਂ ਤੂਰਾਂ ਲੱਗੀਆਂ ਜਾਣੀਆਂ ਹਾਂਜੀ ਜੀ ਵੇਖ ਕੇ ਆਇਓ ਹਾਂ ਫੋਟੋ ਵੀ ਕਰਕੇ ਆਏ ਹੋ ਤੁਸੀਂ ਇੱਕ ਯਾਦਾਂ ਵਾ ਜੀ ਕਿਉਂਕਿ 2020 ਦੇ ਵਿੱਚ ਜਿਹੜਾ ਸੰਘਰਸ਼ ਹੋਇਆ ਨਹੀਂ ਤਾਂ 2021 ਦੇ ਵਿੱਚ ਉਹਦੇ 3 ਕਾਨੂੰਨ ਜਦੋਂ ਵਾਪਸ ਕੀਤੇ ਸੀ ਉਦੋਂ ਵੀਰ ਨੇ ਕਿਹਾ ਕਿ ਕੁਛ ਮੰਗਾਂ ਸੀ ਜਿਹੜੀਆਂ ਮੰਗਾਂ ਮਨਾਉਣ ਵਾਸਤੇ ਅਸੀਂ ਗੱਲ ਕੀਤੀ ਪਰ ਨਹੀਂ ਮੰਗਾਂ ਮੰਨੀਆਂ ਗਈਆਂ ਅੱਜ ਫਿਰ ਅਸੀਂ ਸੜਕਾਂ 'ਤੇ ਹਾਂ ਅੱਜ ਫਿਰ ਲੜਨ ਵਾਸਤੇ ਜਾਵਾਂਗੇ ਕਿਉਂਕਿ ਇਹ ਹਾਕਮ ਕੋਈ ਬਗਾਨਾ ਹਾਕਮ ਨਹੀਂ ਗਾ ਸਾਡੇ ਦੇਸ਼ ਦਾ ਹਾਕਮ ਆ ਹਾਕਮ ਧਿਰ ਇੱਕ ਪਾਸੇ ਆ ਅਤੇ ਦੂਜੇ ਪਾਸੇ ਆਵਾਮ ਆ ਇੱਕ ਪਾਸੇ ਲੋਕ ਆ ਇਹ ਲੋਕਾਂ ਦੀਆਂ ਹੱਕੀ ਮੰਗਾਂ ਅਤੇ ਲੋਕਤੰਤਰ ਦੇ ਵਿੱਚ ਕਹਿੰਦੇ ਕਿ ਲੋਕ ਆਪਣੀ ਆਵਾਜ਼ ਰੱਖ ਸਕਦੇ ਆ ਅਤੇ ਪਰ ਇੱਕ ਸਵਾਲ ਵੀ ਹੋ ਰਿਹਾ ਕਿ ਇਹ ਕਿਹੜਾ ਲੋਕਤੰਤਰ ਹੈ ਜਿਹੜੇ ਲੋਕਤੰਤਰ ਦੇ ਵਿੱਚ ਬੰਨ ਲਾ ਦਿੱਤੇ ਜਾਂਦੇ ਆ ਬੈਰੀਕੇਡਿੰਗ ਕਰ ਦਿੱਤੀ ਜਾਂਦੀ ਆ ਇਹ ਕਿਹੋ ਜਿਹਾ ਲੋਕਤੰਤਰ ਆ ਕਿ ਸਾਨੂੰ ਰਾਜਧਾਨੀ ਦੇ ਵਿੱਚ ਨਹੀਂ ਜਾਣ ਦਿਓਗੇ ਕੋਰਟ ਦਾ ਫੈਸਲਾ ਵੀ ਆਇਆ ਸੀ ਕੋਰਟ ਨੇ ਵੀ ਸਵਾਲ ਕੀਤਾ ਹਰਿਆਣੇ ਸਰਕਾਰ ਨੂੰ ਕਿ ਕਾਰਨ ਕੀ ਰੋਕਣ ਦੇ ਕਹਿੰਦੇ ਕਿਸਾਨ ਆ ਰਹੇ ਆ ਜਦੋਂ ਕੋਰਟ ਨੇ ਪੁੱਛਿਆ ਕਿਸਾਨ ਹੀ ਆ ਰਹੇ ਆ ਫਿਰ ਕੀ ਉਹਨਾਂ ਨੂੰ ਲੰਘਣ ਦਿਓ ਉਹ ਕਹਿੰਦੇ ਖਤਰਾ ਉਹਨਾਂ ਕੋਲੋਂ ਅਤੇ ਪੰਜਾਬ ਸਰਕਾਰ ਨੂੰ ਜਦੋਂ ਸਵਾਲ ਕੀਤਾ ਉਹਨਾਂ ਨੇ ਤਾਂ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਕਹਿੰਦੇ ਪੰਜਾਬ ਸਰਕਾਰ ਵਾਲਾ ਪੱਖ ਰੱਖਿਆ ਗਿਆ ਸੀ ਕਹਿੰਦੇ ਕਿ ਇਹਨਾਂ ਕਿਹਾ ਕਿ ਕੋਈ ਵੀ ਇਹਨਾਂ ਨੇ ਰਸਤੇ 'ਚ ਆਉਂਦਿਆਂ ਹੁੜਦੰਗ ਨਹੀਂ ਮਚਾਇਆ ਇਹ ਤਾਂ ਸ਼ਾਂਤਮਈ ਆ ਰਹੇ ਸੀ ਅਤੇ ਪੰਜਾਬ ਸਰਕਾਰ ਕਹਿੰਦੀ ਅਸੀਂ ਅੱਗੇ ਤੋਰ ਦਿੱਤਾ ਅਤੇ ਅੱਗੇ ਆਣ ਕੇ ਸ਼ੰਭੂ ਰੋਕਿਆ ਗਿਆ ਖਨੌਰੀ ਰੋਕਿਆ ਗਿਆ ਕਿ ਦੇਸ਼ ਦੀ ਰਾਜਧਾਨੀ ਨਾ ਬਣਨਾ ਹੱਕੀ ਮੰਗਾਂ ਦੀ ਗੱਲ ਕਰਦੇ ਆ ਕਿਸਾਨ ਦੂਜੇ ਪਾਸੇ ਦੇਸ਼ ਦੀ ਹਾਕਮ ਜਮਾਤ ਆ ਹਾਕਮ ਜਮਾਤ ਦੇ ਵਿੱਚ ਨਰਿੰਦਰ ਮੋਦੀ ਜੀ ਆ ਪ੍ਰਧਾਨ ਮੰਤਰੀ ਆ ਉਹ ਦੇਸ਼ ਦੇ ਲੱਗਦਾ ਕਿ 4 ਦੌਰ ਦੀ ਮੀਟਿੰਗ ਦੇ ਵਿੱਚ ਕੁਛ ਨਾ ਕੁਛ ਮਸਲਾ ਹੱਲ ਹੋਣ ਦੀ ਆਸ ਵੀ ਸੀ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਅਤੇ ਹੁਣ ਫਿਰ ਅਗਲੇ ਦੌਰ ਦੀ ਜਿਹੜੀ ਮੀਟਿੰਗ ਆ ਕੀ ਉਹ ਸਟਾਰਟ ਹੁੰਦੀ ਆ ਕਿ ਜਾਂ ਕੱਲ੍ਹ ਨੂੰ 11 ਵਜੇ ਅਗਲੇ ਪਾਸੇ ਨੂੰ ਕੂਚ ਕੀਤਾ ਜਾਂਦਾ ਵਾ ਅਤੇ ਕੱਲ੍ਹ ਦਾ 21 ਤਰੀਕ ਦਾ 11 ਵਜੇ ਦਾ ਟਾਈਮ ਦੱਸੂਗਾ ਅਤੇ ਰਣਨੀਤੀ ਕਿਸਾਨ ਆਗੂ ਸਾਹਿਬਾਨ ਕਹਿੰਦੇ ਕਿ ਅਸੀਂ ਰਣਨੀਤੀ ਘੜ ਲਈ ਆ ਅੱਗੇ ਜਾਣ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ